ਇਤਿਹਾਸ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਚਮਕੌਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਪੰਜਾਂ ਪਿਆਰਿਆਂ ਸਮੇਤ ਲਗਭਗ 40 ਸਿੰਘਾਂ ਨਾਲ ਬੂਰ ਮਾਜਰਾ ਤੋਂ ਹੁੰਦੇ ਹੋਏ 1761 ਸੰਮਤ ਨੂੰ ਦਿਨ ਛਿਪ ਦੇ ਨਾਲ ਚਮਕੌਰ ਸਾਹਿਬ ਦੇ ਇਸ ਅਸਥਾਨ ਉੱਤੇ ਪੁੱਜੇ। ਗੁਰੂ ਸਾਹਿਬ ਚਮਕੌਰ ਸਾਹਿਬ ਦੇ ਦੱਖਣ ਵੱਲ ਇੱਕ ਬਾਗ ਵਿੱਚ ਉਤਰੇ ਜੋ ਇਸੇ ਪਵਿੱਤਰ ਜਗ੍ਹਾ 'ਤੇ ਗੁਰੂ ਸਾਹਿਬ ਨੇ ਸਿੰਘਾਂ ਸਮੇਤ ਆਪਣਾ ਡੇਰਾ ਕੀਤਾ। ਭਾਈ ਸਾਹਿਬ ਲਿਖਦੇ ਨੇ ਕਿ ਇਸ ਜਗ੍ਹਾ ਤੋਂ ਹੀ ਗੁਰੂ ਸਾਹਿਬ ਨੇ ਪੰਜ ਸਿੰਘ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਮਾਲਕ ਰਾਏ ਜਗਤ ਸਿਉਂ ਰਾਜਪੂਤ ਪਾਸ ਭੇਜੇ ਤਾਂ ਜੋ ਉਹ ਉਹਨਾਂ ਨੂੰ ਗੜੀ ਵਿੱਚ ਨਿਵਾਸ ਕਰਨ ਦੀ ਆਗਿਆ ਦੇਵੇ। ਸਿੰਘਾਂ ਨੇ ਜਾ ਕੇ ਰਾਏ ਜਗਤ ਸਿਉਂ ਨੂੰ ਦਸਮ ਪਾਤਸ਼ਾਹ ਜੀ ਦਾ ਸੰਦੇਸ਼ ਦਿੱਤਾ ਅਤੇ ਕਿਹਾ, ਗੁਰੂ ਸਾਹਿਬ ਨਗਰੋਂ ਬਾਹਰ ਇੱਕ ਬਾਗ ਵਿੱਚ ਬਿਰਾਜਮਾਨ ਹਨ, ਉਹਨਾਂ ਨਾਲ ਚੱਲ ਕੇ ਗੱਲ ਕਰ ਲਓ। ਰਾਏ ਜਗਤ ਸਿਉਂ ਮੁਗਲ ਸੈਨਾ ਤੋਂ ਡਰ ਗਿਆ। ਉਸ ਨੇ ਟਾਲ ਮਟੋਲ ਕੀਤਾ ਅਤੇ ਉੱਤਰ ਦਿੱਤਾ, ਮੇਰੇ ਪਾਸ ਭੇਟਾ ਦੇਣ ਲਈ ਕੁਝ ਨਹੀਂ ਹੈ, ਇਸ ਲਈ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਤੋਂ ਅਸਮਰੱਥ ਹਾਂ। ਸਿੰਘਾਂ ਨੇ ਇਹ ਗੱਲ ਗੁਰੂ ਸਾਹਿਬ ਨੂੰ ਦੱਸੀ। ਗੁਰੂ ਸਾਹਿਬ ਜੀ ਨੇ ਇੱਕ ਸਿੰਘ ਨੂੰ 5 ਮੋਹਰਾਂ ਦੇ ਕੇ ਰਾਏ ਜਗਤ ਸਿਉਂ ਵੱਲ ਭੇਜਿਆ, ਪਰ ਉਸ ਨੇ ਗੜੀ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਸਿੰਘ ਨੇ ਰਾਏ ਦੇ ਛੋਟੇ ਭਰਾ ਰੂਪ ਚੰਦ ਨੂੰ ਗੜੀ ਦੇਣ ਦੀ ਪ੍ਰੇਰਨਾ ਦਿੱਤੀ। ਉਸ ਨੇ 50 ਮੋਹਰਾਂ ਲੈ ਕੇ ਗੜੀ ਵਿੱਚੋਂ ਆਪਣਾ ਹਿੱਸਾ ਦੇਣਾ ਪ੍ਰਵਾਨ ਕਰ ਲਿਆ, ਪਰ ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਪ੍ਰਵੇਸ਼ ਕੀਤਾ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਸਮੇਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਉਸ ਸਮੇਂ ਜੋ ਸਰਸਾ ਨਦੀ ਦੇ ਉੱਤੇ ਸੀ ਆ ਕੇ ਪਰਿਵਾਰ 3 ਭਾਗਾਂ ਦੇ ਵਿੱਚ ਵਿਛੜ ਗਿਆ। ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਵਰਗੇ ਸਿੰਘ ਦਿੱਲੀ ਵੱਲ ਹੋ ਗਏ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ ਸਹੇੜੀ ਵੱਲ ਹੋ ਗਏ, ਜਿੱਥੋਂ ਉਹਨੂੰ ਬਾਅਦ ਵਿੱਚ ਗੰਗੂ ਨੇ ਗ੍ਰਿਫਤਾਰ ਕਰਵਾ ਦਿੱਤਾ ਸੀ। ਬਾਅਦ ਵਿੱਚ ਉਹਨੂੰ ਸਰਹੰਦ ਦੀ ਨੀਹਾਂ ਦੇ ਵਿੱਚ ਚਿਣਕ ਸ਼ਹੀਦ ਕੀਤਾ ਗਿਆ। ਇੱਥੇ ਪੱਠਾ ਸਾਹਿਬ ਬੂਰ ਮਾਜਰੇ ਤੋਂ ਹੁੰਦੇ ਹੋਏ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜਿਸ ਜਗ੍ਹਾ 'ਤੇ ਸੁਸ਼ੋਭਿਤ ਹੈ, ਉਸ ਜਗ੍ਹਾ ਦੇ ਉੱਤੇ ਆ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸਭਨਾਂ ਤੋਂ ਪਹਿਲਾਂ 1761 ਨੂੰ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਕਿ ਇਸੇ ਜਗ੍ਹਾ ਦੇ ਉੱਤੇ ਉਸ ਸਮੇਂ ਇੱਕ ਬਾਗ ਹੋਇਆ ਕਰਦਾ ਸੀ, ਇਸ ਪਾਵਨ ਪਵਿੱਤਰ ਅਸਥਾਨ ਜਿੱਥੇ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਇਸ ਜਗ੍ਹਾ ਦੇ ਉੱਤੇ ਆ ਕੇ ਚਮਕੌਰ ਸਾਹਿਬ ਜਿਸ ਸਮੇਂ ਸਭ ਤੋਂ ਪਹਿਲਾਂ ਪਹੁੰਚਣ, ਇਹ ਉਹੀ ਪਾਵਨ ਪਵਿੱਤਰ ਅਸਥਾਨ ਹੈ। ਇਸ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਹੀ ਸਿੰਘਾਂ ਨੂੰ ਉਸ ਕੱਚੀ ਗੜੀ ਵੱਲ ਇਸ਼ਾਰਾ ਕੀਤਾ ਕਿ ਸਿੰਘੋ, ਉਹ ਜਿਹੜੀ ਜਗ੍ਹਾ ਹੈ ਨਾ, ਉਹ ਪਤਾ ਕਰਕੇ ਆਓ ਕਿਸ ਦੀ ਹੈ,
ਅਤੇ ਉਸ ਕੱਚੀ ਗੜੀ ਦੇ ਮਾਲਕ ਨੂੰ ਬੇਨਤੀ ਕਰੋ ਵੀ ਆਪਾਂ ਨੂੰ ਉਹ ਕੱਚੀ ਗੜੀ ਦੇ ਦੇਣ। ਜੋ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਕੱਚੀ ਗੜੀ ਦੇ ਮਾਲਕ ਕੋਲ ਰਾਏ ਜਗਤ ਸਿੰਘ ਕੋਲ ਗਏ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਆਏ ਨੇ, ਆਪ ਜੀ ਦੇ ਇਸ ਮਕਾਨ ਦੀ ਸਾਨੂੰ ਲੋੜ ਹੈ, ਕਿਰਪਾ ਕਰਕੇ ਤੁਹਾਡਾ ਇਹ ਮਕਾਨ ਸਾਨੂੰ ਦੇ ਦਿਓ। ਤਾਂ ਉਸ ਨੇ ਰਾਏ ਜਗਤ ਸਿੰਘ ਦਾ ਨਾਮ ਸੁਣ ਇਨਕਾਰ ਕੀਤਾ। ਫਿਰ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਗਏ ਅਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਉਹਨਾਂ ਨੇ ਕੱਚੀ ਗੜੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਮੋਹਰਾਂ ਸਿੰਘਾਂ ਨੂੰ ਦਿੱਤੀਆਂ, ਫਿਰ ਕੱਚੀ ਗੜੀ ਦੇ ਮਾਲਕ ਕੋਲ ਗਏ ਅਤੇ ਉਹਨਾਂ ਦਾ ਰਾਏ ਜਗਤ ਸਿੰਘ ਦਾ ਇੱਕ ਛੋਟਾ ਭਰਾ ਸੀ ਰੂਪਚੰਦ, ਉਹਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ, ਉਹਨੇ ਫਿਰ ਆਪਣੇ ਜਿਹੜੇ ਜਗ੍ਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੌਂਪ ਦਿੱਤੀ। ਉੱਥੋਂ ਹੀ ਦਮਦਮਾ ਸਾਹਿਬ ਵਾਲੀ ਜਗ੍ਹਾ ਤੋਂ ਸਭ ਤੋਂ ਪਹਿਲਾਂ ਇਸ ਧਰਤੀ 'ਤੇ ਜਦੋਂ ਆਏ, ਇੱਥੋਂ ਚੱਲ ਕੇ ਗੁਰਦੁਆਰਾ ਗੜੀ ਸਾਹਿਬ ਜਿੱਥੇ ਜਗ੍ਹਾ ਅੱਜ ਜਿਸ ਨੂੰ ਕੱਚੀ ਗੜੀ ਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉੱਥੇ ਵਿਰਾਜਮਾਨ ਹੋਏ।